ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਸਾਇੰਸ ਫਾਈ ਸਟੱਡੀ ਦੇ ਉੱਪਰ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਟੈਸਟ ਸੀਰੀਜ਼ ਹੈ ਜਿਹੜੀ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਕਿ ਅੱਜ ਟੈਸਟ ਨੰਬਰ 8 ਆਪਾਂ ਡਿਸਕਸ ਕਰਨਾ ਹੈ ਜਿਹੜਾ ਕਿ ਸੀਗਾ ਐਟੋਮਿਕ ਸਟਰਕਚਰ ਦੇ ਵਿੱਚੋਂ ਮੈਨੂੰ ਉਮੀਦ ਹੈ ਕਿ ਤੁਸੀਂ ਸਭ ਨੇ ਟੈਸਟ ਬਹੁਤ ਚੰਗੇ ਤਰੀਕੇ ਨਾਲ ਦਿੱਤਾ ਹੋਗਾ 20 ਕੁਐਸਚਨਸ ਸੀਗੇ ਤਾਂ ਅੱਜ ਆਪਾਂ ਦੇਖਾਂਗੇ ਕਿ ਤੁਸੀਂ ਕਿਸ ਅਪਰੋਚ ਨਾਲ ਟੈਸਟ ਨੂੰ ਸੋਲਵ ਕੀਤਾ ਤੇ ਕਿਸ ਅਪਰੋਚ ਨਾਲ ਜਿਹੜਾ ਟੈਸਟ ਹੋਣਾ ਸੀਗਾ ਜਿੱਥੇ ਵੀ ਜਿਹੜੇ ਵੀ ਕੁਐਸਚਨ ਦੇ ਵਿੱਚ ਤੁਹਾਡੀ ਗਲਤੀ ਹੈ ਤੁਸੀਂ ਕਨਸੈਪਟ ਦੇਖ ਕੇ ਆਪਣੀ ਮਿਸਟੇਕ ਨੂੰ ਕਲੀਅਰ ਕਰ ਸਕਦੇ ਹੋ ਤੇ ਅੱਗੇ ਵਾਸਤੇ ਤਾਂ ਜੋ ਤੁਹਾਡਾ ਕੁਐਸਚਨ ਹੈ ਉਹ ਕੀ ਹੈ 100% கரੈਕਟ ਹੋ ਜਾਈ। ਅਗਰ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ। ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਡੇ ਟੈਸਟ ਦੇ ਵਿੱਚੋਂ ਕਿੰਨੇ ਨੰਬਰ ਬਣੇ ਤੇ ਤੁਹਾਡਾ ਰਿਜ਼ਲਟ ਹੈ ਜਿਹੜਾ ਕਿਸ ਤਰ੍ਹਾਂ ਇੰਪਰੂਵ ਹੋ ਰਿਹਾ ਹੈ। ਠੀਕ ਹੈ। ਹਾਂਜੀ ਸਟਾਰਟ ਕਰਦੇ ਹਾਂ। ਫਰਸਟ ਕੁਐਸਚਨ ਆਪਣੇ ਕੋਲ ਹੈ ਜੀ ਕਾਰਬਨ ਦੀ ਸੰਯੋਜਕਤਾ 4 ਹੈ। ਉਸ ਦੇ ਸਭ ਤੋਂ ਬਾਹਰੀ ਸ਼ੈੱਲ ਵਿੱਚ ਕਿੰਨੇ ਇਲੈਕਟ੍ਰੋਨ ਹਨ ਤਾਂ ਦੇਖੋ ਆਪਾਂ ਨੂੰ ਪਤਾ ਹੈ ਕਿ ਅਵਰਤੀ ਸਾਰਣੀ ਦੇ ਵਿੱਚ ਕਾਰਬਨ ਜਿਹੜਾ ਕਿੰਨੇਵੇਂ ਨੰਬਰ ਤੇ ਆਉਂਦਾ ਕਾਰਬਨ 6 ਨੰਬਰ ਤੇ ਆਉਂਦਾ ਇਟ ਮੀਨਸ ਇਹਦੇ ਕੋਲ ਕਿੰਨੇ ਇਲੈਕਟ੍ਰੋਨ ਹੈ 6 ਇਲੈਕਟ੍ਰੋਨ ਹੈ ਤਾਂ ਅਗਰ ਆਪਾਂ ਕਨਫਿਗਰੇਸ਼ਨ ਦੇ ਅਕੋਰਡਿੰਗ ਇਹਦੇ ਇਲੈਕਟ੍ਰੋਨਾਂ ਨੂੰ ਡਿਸਟ੍ਰੀਬਿਊਟ ਕਰਾਂਗੇ ਤਾਂ ਆਪਾਂ ਕਿਵੇਂ ਲਿਖਾਂਗੇ ਦੇਖੋ ਆਪਣੇ ਕੋਲੇ ਜਿਹੜੇ ਨੰਬਰ ਹੁੰਦੇ ਆ ਕਿਵੇਂ ਹੁੰਦੇ ਆ ਮੈਜਿਕ ਨੰਬਰ 2 8 8 18 18 32 32 ਤੇ ਇਹਦਾ ਮਤਲਬ ਫਸਟ ਪੀਰੀਅਡ ਦੇ ਵਿੱਚ ਆਪਾਂ ਜਿਹੜੇ ਐਲੀਮੈਂਟਸ ਨੇ ਉਹਨਾਂ ਵਿੱਚ 2 ਇਲੈਕਟ੍ਰੋਨ ਪਾ ਸਕਦੇ ਆ ਸੈਕੰਡ ਪੀਰੀਅਡ ਦੇ ਵਿੱਚ 8 ਇਲੈਕਟ੍ਰੋਨ ਐਡ ਕਰ ਸਕਦੇ ਆ ਤੇ 3ਰਡ ਪੀਰੀਅਡ ਦੇ ਵਿੱਚ 8 ਇਲੈਕਟ੍ਰੋਨ ਐਡ ਕਰ ਸਕਦੇ ਆ ਸਿਮਿਲਰ 4ਥ 5ਥ 6ਥ ਐਂਡ 7ਥ ਪੀਰੀਅਡ ਦੀ ਆਪਾਂ ਗੱਲ ਕਰ ਸਕਦੇ ਆ ਤਾਂ ਜਿਹੜਾ ਕਾਰਬਨ ਹੈ ਉਹਦਾ ਐਟੋਮਿਕ ਨੰਬਰ ਕਿੰਨਾ ਹੈ 6 ਹੈ ਇਟ ਮੀਨਸ ਜਿਹਨੂੰ ਕਿਵੇਂ ਤੋੜ ਸਕਦੇ ਆ ਆਪਾਂ 2 4 ਤਾਂ ਜਿਹੜਾ ਲਾਸਟ ਵਾਲਾ ਸ਼ੈਲ ਆ ਦੇ ਵਿੱਚ ਕਿੰਨੇ ਇਲੈਕਟ੍ਰੋਨ ਆਗੇ ਚਾਰ ਇਲੈਕਟ੍ਰੋਨ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੋਣਾ ਸੀ 4 ਕਿਉਂਕਿ ਇਹਦੇ ਲਾਸਟ ਵਾਲੇ ਸ਼ੈਲ ਚ ਕਿੰਨੇ ਇਲੈਕਟ੍ਰੋਨ ਹੈ 4 ਇਲੈਕਟ੍ਰੋਨ ਹੈ ਨੈਕਸਟ ਹੈਗਾ ਕੁਐਸਚਨ ਨੰਬਰ 2 ਕਿ ਹੇਠ ਲਿਖਿਆ ਵਿੱਚੋਂ ਕਿਹੜੀ ਤਾਂ ਤਾਂ ਜਿਹੜੇ ਰਦਰਫੋਰਡ ਨੇ ਆਪਣੇ ਐਕਸਪੈਰੀਮੈਂਟ ਦੇ ਵਿੱਚ ਯੂਜ਼ ਕੀਤੀ ਸੀ ਤਾਂ ਕਿਹੜੀ ਯੂਜ਼ ਕੀਤੀ ਸੀ ਸੋਨਾ ਤਾਂ 골ਡ ਫੋਇਲ ਐਕਸਪੈਰੀਮੈਂਟ ਕਹਿੰਦੇ ਆ ਉਹਨੂੰ ਆਪਾਂ ਜਾਂ α ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਵੀ ਕਹਿੰਦੇ ਆ ਤਾਂ ਰਦਰਫੋਰਡ ਨੇ ਸੋਨੇ ਦੀ ਇੱਕ ਪਤਲੀ ਤਾਰ ਲੈ ਕੇ ਉਹਦੇ ਤੇ ਕੀ ਹੈ α ਪਾਰਟੀਕਲ ਟਕਰਾਏ ਸੀਗੇ ਜਿਸ ਤੋਂ ਉਹਨੇ ਕਿਸ ਚੀਜ਼ ਦੀ ਆਈਡੈਂਟੀਫਿਕੇਸ਼ਨ ਕੀਤੀ ਸੀ ਜੇ ਆਪਾਂ ਕਹਿ ਸਕਦੇ ਹਾਂ ਕਿ ਰਦਰਫੋਰਡ ਨੇ ਕਿਸ ਚੀਜ਼ ਨੂੰ ਲੱਭਿਆ ਸੀ ਤਾਂ ਰਦਰਫੋਰਡ ਆ ਜਿਹੜਾ ਉਹਨੇ ਇਸ ਐਕਸਪੈਰੀਮੈਂਟ ਦੇ ਨਾਲ ਕੀ ਦੀ ਖੋਜ ਕੀਤੀ ਸੀ ਨਿਊਕਲੀਅਸ ਥੀ ਠੀਕ ਹੈ ਤਾਂ ਅਗਰ ਕੁਐਸਚਨ ਆਪਾਂ ਨੂੰ ਇਹ ਵੀ ਆ ਸਕਦਾ ਹੈ ਕਿ ਨਿਊਕਲੀਅਸ ਦੀ ਖੋਜ ਕਿਸ ਨੇ ਕੀਤੀ ਸੀ ਰਦਰਫੋਰਡ ਨੇ ਕੀਤੀ ਸੀ ਤੇ ਕਿਹੜੀ ਤਾਤ ਵਰਤੀ ਸੀ ਸੋਨਾ ਕਿਉਂਕਿ ਇਹ ਕਿੰਨੀ ਵੀ ਪਤਲੀ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈ ਸੀਗਾ ਕਿ ਇਹ ਲਿਖਿਆ ਵਿੱਚੋਂ ਕਿਸ ਨੂੰ ਨਿਊਕਲੀਅਨਸ ਨਿਊਕਲੀਅਨਸ ਮਤਲਬ ਕਿ ਸਨਸ ਕਿ nucleus ਦੇ ਬੱਚੇ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ nucleus ਹੈ ਉਹਦੇ ਵਿੱਚ ਕੀ ਹੁੰਦੇ ਨੇ proton ਤੇ neutron ਦੇਖੋ ਇਲੈਕਟ੍ਰੋਨ ਤਾਂ ਹੋ ਹੀ ਨਹੀਂ ਸਕਦਾ ਤਾਂ ਫਸਟ ਆਪਸ਼ਨ ਆਪਾਂ ਕੱਟ ਕਰ ਸਕਦੇ ਹਾਂ ਥਰਡ ਦੇ ਵਿੱਚ ਇਲੈਕਟ੍ਰੋਨ ਹੈ ਇਹ ਵੀ nucleus ਦੇ ਵਿੱਚ ਨਹੀਂ ਹੁੰਦਾ ਤੇ ਫੋਰਥ ਆਪਸ਼ਨ ਵੀ ਨਹੀਂ ਹੋ ਸਕਦਾ ਠੀਕ ਹੈ ਤਾਂ ਇਹਦਾ ਮਤਲਬ ਬਾਕੀ ਕਿਹੜਾ ਆਪਸ਼ਨ ਰਹਿ ਗਿਆ ਸੀ ਆਪਣੇ ਕੋਲ ਆਪਸ਼ਨ ਨੰਬਰ ਸੈਕੰਡ proton ਅਤੇ neutron ਠੀਕ ਹੈ proton ਜਿਸ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ neutron ਜਿਸ ਤੇ ਜ਼ੀਰੋ ਚਾਰਜ ਹੁੰਦਾ ਹੈ ਤਾਂ ਇਹ ਕਿੱਥੇ ਪਾਈ ਜਾਂਦੇ ਆ nucleus ਦੇ ਵਿੱਚ ਪਾਈ ਜਾਂਦੇ ਆ ਇਸ ਕਰਕੇ ਇਹਨੂੰ ਕਹਿੰਦੇ ਆਪਾਂ ਨਿਊਕਲੀਓਨਸ ਨੈਕਸਟ ਹੈਗਾ ਕੁਐਸਚਨ ਨੰਬਰ 4 ਕਿ ਉਹ ਕਿਹੜਾ ਤੱਤ ਹੈ ਜਿਸ ਦੇ ਨਾਭਕ ਵਿੱਚ ਕੋਈ neutron ਨਹੀਂ ਹੁੰਦਾ ਤਾਂ ਦੇਖੋ ਕਿਹੜਾ ਤੱਤ ਹੈ ਹਾਈਡਰੋਜਨ ਆਪਾਂ ਨੂੰ ਪਤਾ ਹੈ ਕਿ ਹਾਈਡਰੋਜਨ ਆ ਜਿਹੜਾ ਉਸ ਤੇ ਕਿੰਨੇ ਆਈਸੋਟੋਪ ਹੁੰਦੇ ਆ ਤਿੰਨ ਆਈਸੋਟੋਪ ਹੁੰਦੇ ਆ ਠੀਕ ਹੈ ਤਿੰਨ ਆਈਸਟੋਪ ਕਿਹੜੇ ਹੋਗੇ 1H1 ਪ੍ਰੋਟੀਅਮ 1H2 ਡਿਊਟੀਰੀਅਮ 1H3 ਟ੍ਰਿਟੀਅਮ ਤਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਪ੍ਰੋਟੋਨ ਹੈ ਤੇ ਇਲੈਕਟ੍ਰੋਨ ਹੈ ਉਹਨਾਂ ਦੀ ਜਿਹੜੀ ਸੰਖਿਆ ੌਖੀ ਹੈ ਬਰਾਬਰ ਹੈ ਤਾਂ ਇੱਕ ਪ੍ਰੋਟੋਨ ਹੈ ਇੱਕ ਇਲੈਕਟ੍ਰੋਨ ਹੈ ਇਹਦੇ ਵਿੱਚ ਵੀ ਇੱਕ ਪ੍ਰੋਟੋਨ ਇੱਕ ਇਲੈਕਟ੍ਰੋਨ ਇੱਕ ਪ੍ਰੋਟੋਨ ਇੱਕ ਇਲੈਕਟ੍ਰੋਨ ਤਾਂ ਇਹਦੇ ਵਿੱਚ ਕਿਹੜੀ ਚੀਜ਼ ਘਟਾ ਨਿਊਟਰਨ ਨਿਊਟਰਨ ਕੀ ਹੈ ਜ਼ੀਰੋ ਹੈ ਇਹਦੇ ਵਿੱਚ ਨਿਊਟਰਨ ਕਿੰਨੇ ਆ 1 ਹੈ ਨਿਊਟਰਨ ਕਿੰਨੇ ਆ 2 ਹੈ ਤਾਂ ਨਿਊਟਰਨ ਦੇ ਫਰਕ ਕਰਕੇ ਕੀ ਗਿਆ ਆਈਸੋਟੋਪਸ ਦੇ ਵਿੱਚ ਫਰਕ ਆ ਜਾਂਦਾ ਠੀਕ ਹੈ ਇਹ ਕੁਐਸਚਨ ਇਸ ਤਰ੍ਹਾਂ ਨਾਲ ਵੀ ਆ ਸਕਦਾ ਸੀ ਕਿ ਜਿਹੜਾ ਹਾਈਡਰੋਜਨ ਹੈ ਉਹਦੇ ਕਿਹੜੇ ਆਈਸੋਟੋਪ ਦੇ ਵਿੱਚ ਨਿਊਟਰਨ ਦੀ ਗਿਣਤੀ ਜ਼ੀਰੋ ਹੁੰਦੀ ਹੈ ਇਸ ਤਰ੍ਹਾਂ ਵੀ ਕੁਐਸਚਨ ਆ ਸਕਦਾ ਸੀ ਤਾਂ ਤੁਸੀਂ ਕੀ ਆਨਸਰ ਦੋਗੇ ਪ੍ਰੋਟੀਅਮ ਠੀਕ ਹੈ ਜੀ ਨੈਕਸਟ ਹੈਗਾ ਕੁਐਸਚਨ ਨੰਬਰ 5 ਦੇਖੋ ਸੇਮ ਕੁਐਸਚਨ ਆ ਗਿਆ ਕਿ ਹਾਈਡਰੋਜਨ ਦੇ ਕਿੰਨੇ ਆਈਸੋਟੋਪ ਹੁੰਦੇ ਆ 3 ਆਈਸੋਟੋਪ ਹੁੰਦੇ ਆ ਪ੍ਰੋਟੀਅਮ ਡਿਊਟੀਰੀਅਮ ਪ੍ਰੋਟੀਅਮ ਡਿਊਟੀਰੀਅਮ ਤੇ ਟ੍ਰੀਟੀਅਮ ਜਿਨਾਂ ਨੂੰ ਆਪਾਂ ਲਿਖਦੇ ਆ 1 H 1 1 H 2 1 H 3 ਇਸ ਤਰ੍ਹਾਂ ਨਾਲ ਆਪਾਂ ਲਿਖਦੇ ਆ ਨੈਕਸਟ ਹੈਗਾ ਕੁਐਸਚਨ ਨੰਬਰ 6 ਕਿ ਕੋਬਾਲਟ ਦੇਖੋ ਕੋਬਾਲਟ ਆ ਜਿਹੜਾ CO ਕੋਬਾਲਟ ਦੇ ਜਿਹੜੇ ਆਈਸੋਟੋਪ ਨੇ ਸਮਸਥਾਨਕ ਉਹਦੀ ਵਰਤੋਂ ਕਿਸ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ ਕੈਂਸਰ ਦੇ ਤਾਂ ਤੁਸੀਂ ਲਰਨ ਕਰ ਲੈਣਾ ਕਿ ਕੋਬਾਲਟ ਦੇ ਜਿਹੜੇ ਆਈਸੋਟੋਪ ਹੈ ਕਾਫੀ سارے ਐਲੀਮੈਂਟਸ ਦੇ ਜਿਹੜੇ ਆਈਸੋਟੋਪ ਆ ਤੁਸੀਂ ਲਰਨ ਕਰਨੇ ਆ ਕਿ ਕਿਹੜੇ ਕਿਹੜੀ ਬਿਮਾਰੀ ਨੂੰ ਦੂਰ ਕਰਨ ਦੇ ਲਈ ਵਰਤੇ ਜਾਂਦੇ ਆ ਨੈਕਸਟ ਹੈ ਕੁਐਸਚਨ ਨੰਬਰ 7 ਕਿ ਐਨੋਡ ਕਿਰਨਾਂ ਦਾ ਆਵੈਸ਼ ਕੀ ਹੁੰਦਾ ਹੈ ਆਵੈਸ਼ ਮਤਲਬ ਕਿ ਐਨੋਡ ਕਿਰਨਾਂ ਨੇ ਜੜੀਆਂ ਉਹਨਾਂ ਤੇ ਕੀ ਚਾਰਜ ਹੁੰਦਾ ਹੈ ਦੇਖੋ ਜਦੋਂ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਹੋਇਆ ਜਿਸ ਐਕਸਪੈਰੀਮੈਂਟ ਦੇ ਵਿੱਚ ਆਪਾਂ ਨੂੰ ਇਲੈਕਟ੍ਰੋਨਾਂ ਦਾ ਪਤਾ ਲੱਗਿਆ ਤਾਂ ਉਹ ਕਿਹੜਾ ਐਕਸਪੈਰੀਮੈਂਟ ਸੀ ਆਪਣੇ ਕੋਲੇ ਕੈਥੋਡ ਰੇ ਐਕਸਪੈਰੀਮੈਂਟ ਠੀਕ ਹੈ ਕੈਥੋਡ ਰੇ ਤਾਂ ਕੈਥੋਡ ਰੇ ਤੋਂ ਆਪਾਂ ਨੂੰ 네ਗੇਟਿਵ ਚਾਰਜ ਵਾਲੇ ਇਲੈਕਟ੍ਰੋਨਾਂ ਬਾਰੇ ਪਤਾ ਚੱਲੇਆ ਠੀਕ ਹੈ ਫਿਰ ਇੱਕ ਸਾਇੰਟਿਸਟ ਆਏ ਉਹਨਾਂ ਨੇ ਸੋਚਿਆ ਕਿ ਅਗਰ ਐਲੀਮੈਂਟ ਦੇ ਵਿੱਚ 네ਗੇਟਿਵ ਚਾਰਜ ਹੈਗਾ ਇਹਦਾ ਮਤਲਬ ਪੋਜ਼ੀਟਿਵ ਚਾਰਜ ਵੀ ਹੋਊਗਾ ਦੈਨ ਉਹਨਾਂ ਨੇ ਜਦੋਂ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਕੀ ਹੈ ਐਨੋਡ ਕਿੰਨਾਂ ਦੀ ਖੋਜ ਕੀਤੀ ਐਨੋਡ ਕਿੰਨਾਂ ਦੀ ਖੋਜ ਕੀਤੀ ਜਿਨ੍ਹਾਂ ਦਾ ਆवेश ਕੀ ਸੀਗਾ ਪ੍ਰੋਟੋਨ ਪੋਜ਼ਿਟਿਵ ਚਾਰਜ ਧਨਾਤਮਕ ਠੀਕ ਹੈ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕੈਥੋਡ ਕਿੰਨਾਂ ਦੀ ਖੋਜ ਕਿਹਨੇ ਕੀਤੀ ਸੀ ਜੇ ਜੇ ਥਾਮਸਨ ਨੇ ਕੀਤੀ ਸੀ ਜਿਨੇ ਕਿ ਇਲੈਕਟ੍ਰੋਨ ਨੂੰ ਵੀ ਦੱਸਿਆ ਸੀ ਤੇ ਐਨੋਡ ਕਿੰਨਾਂ ਦੀ ਖੋਜ ਕਿਹਨੇ ਕੀਤੀ ਸੀ ਆਪਣੇ ਕੋਲੇ ਚੈਡ ਐਂਡ ਗੋਲਡਸਟੀਨ ਨੇ ਕੀਤੀ ਸੀ ਸੌਰੀ ਗੋਲਡਸਟੀਨ ਨੇ ਕੀਤੀ ਸੀ ਜਿਸ ਨੇ ਆਪਾਂ ਨੂੰ ਕਿਹਾ ਪ੍ਰੋਟੀਨਸ ਬਾਰੇ ਦੱਸਿਆ ਤਦਾ ਅਨਸਰ ਕਿਉਂ ਆਸੇ ਆਪਣੇ ਕੋਲੇ ਧਨਾਤਮਕ ਠੀਕ ਹੈ ਨਾਤਮਕ ਮਤਲਬ ਕਿ ਨੈਗੇਟਿਵ ਜਿਹੜਾ ਕਿੱਥੇ ਹੁੰਦਾ ਹੈ ਕੈਥੋਡ ਇਹ ਵੀ ਯਾਦ ਰੱਖਿਓ ਇਹ ਵੀ ਕੁਐਸਚਨ ਆ ਸਕਦਾ ਹੈ ਕੈਥੋਡ ਰੇਜ਼ ਦੇ ਉੱਪਰ ਹੁੰਦਾ ਨੈਕਸਟ ਹੈ ਇਹ ਕੁਐਸਚਨ ਨੰਬਰ 8 ਕਿ ਐਕਸ ਕਿਰਨਾਂ ਦੀ ਐਕਸ ਰੇਜ਼ ਦੀ ਖੋਜ ਕਿਨੇ ਕੀਤੀ ਸੀ ਤਾਂ ਤੁਹਾਨੂੰ ਸਾਇੰਟਿਸਟਾਂ ਦੇ ਨਾਮ ਲਰਨ ਹੋਣੇ ਚਾਹੀਦੇ ਆ ਕਿ ਕਿਸ ਨੇ ਕਿਸ ਦੀ ਖੋਜ ਕੀਤੀ ਸੀ ਤੇ ਇਹ ਕਿਹਨੇ ਕੀਤੀ ਸੀ ਰੋਟਿੰਸ ਰੋਟਿੰਸ ਨੇ ਕਿਹਨੇ ਕੀਤੀ ਸੀ ਠੀਕ ਹੈ ਕੋਚ ਕੀਤੀ ਸੀ ਦੇਖੋ ਡਾਲਟਨ ਨੇ ਕੀ ਬਣਾਇਆ ਸੀ ਆਪਣੇ ਕੋਲੇ ਆਪਣੇ ਕੋਲੇ ਕੀ ਬਣਾਇਆ ਸੀ ਮਾਡਲ ਬਣਾਇਆ ਸੀ ਠੀਕ ਹੈ ਐਟਮ ਦਾ ਕੀ ਹੈ ਮਾਡਲ ਬਣਾਇਆ ਸੀ ਜੇ ਜੇ தாம்ਸਨ ਨੇ ਇਲੈਕਟ੍ਰੋਨ ਦੀ ਕੀਤੀ ਸੀ ਤਾਂ ਰੋਜ਼ਨ ਨੇ ਕਿੰਨੀ ਕੀਤੀ ਸੀ ਐਕਸ ਰੇ ਦੀ ਨੈਕਸਟ ਆ ਕਵੈਸਚਨ ਨੰਬਰ 9 ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਹਾਈਡਰੋਜਨ ਦਾ ਕਿਹੜਾ ਆਈਸੋਟੋਪ ਰੇਡੀਓ ਐਕਟਿਵ ਹੈ ਤਾਂ ਕਿਹੜਾਗਾ ਟ੍ਰੀਟਿਅਮ ਟ੍ਰੀਟਿਅਮ ਨੂੰ ਆਪਾਂ T ਦੇ ਨਾਲ ਵੀ ਲਿਖਦੇ ਆ ਤੇ ਕੀ ਲਿਖਦੇ ਆ 1 H 3 ਇਹ ਰੇਡੀਓ ਐਕਟਿਵ ਐਲੀਮੈਂਟ ਆ ਆਈਸੋਟੋਪ ਆ ਸੋਰੀ ਇੱਕ ਤੱਤ ਦੇ ਆਈਸੋਟੋਪ ਵਿੱਚ ਕੀ ਹੁੰਦਾ ਦੇਖੋ ਆਪਾਂ ਪਿੱਛੇ ਪੜ੍ਹ ਕੇ ਆਏ ਆ ਕਿ ਹਰੇਕ ਤੱਤ ਦੇ ਆਈਸੋਟੋਪ ਵਿੱਚ ਕੀ ਹੁੰਦੇ ਨੇ ਨਿਊਟ੍ਰੋਨ ਗੇ ਸੇਮ ਹੁੰਦੇ ਆ ਪ੍ਰੋਟੋਨ ਵੀ ਸੇਮ ਹੁੰਦੇ ਆ ਤਾਂ ਵੱਖਰਾ ਕੀ ਹੁੰਦਾਗਾ ਨਿਊਰੋਨਸ ਨਿਊਰੋਨ ਕੀ ਹੁੰਦੇ ਨੇ ਵੱਖਰੇ ਹੁੰਦੇ ਆ ਠੀਕ ਹੈ ਤਾਂ ਆਪਾਂ ਕਹਿ ਸਕਦੇ ਆਂਗੇ ਕਿ ਪ੍ਰੋਟੋਨ ਪ੍ਰੋਟੋਨ ਤਾਂ ਬਰਾਬਰ ਹੁੰਦੇ ਆ ਠੀਕ ਹੈ ਤੇ ਨਿਊਰੋਨ ਕੀ ਹੁੰਦੇ ਆ ਵੱਖਰੇ ਹੁੰਦੇ ਆ ਪ੍ਰੋਟੋਨ ਬਰਾਬਰ ਹੁੰਦੀਆਂ ਤੇ ਨਿਊਟਰੋਨ ਕੀ ਹੁੰਦੇ ਆ ਨਿਊਟਰੋਨ ਕੀ ਹੁੰਦੇ ਆ ਵੱਖਰੇ ਹੁੰਦੇ ਆ ਠੀਕ ਹੈ ਜੀ ਤਾਂ ਨਿਊਟਰੋਨ ਨੇ ਜਿਹੜੇ ਬਰਾਬਰ ਤਾਂ ਹੋ ਨਹੀਂ ਸਕਦੇ ਠੀਕ ਹੈ ਤਾਂ ਕੀ ਹੋਣਗੇ ਇਹਦਾ ਆਪਸ਼ਨ ਕੀ ਹੋਊਗਾ ਬੀ ਐਂਡ ਸੀ ਕਲੀਅਰ ਕੀ ਹੋਊਗਾ ਬੀ ਐਂਡ ਸੀ ਜੇ ਬਰਾਬਰ ਪੁੱਛਿਆ ਜਾਵੇ ਬਰਾਬਰ ਕੀ ਹੁੰਦੇ ਨੇ ਪ੍ਰੋਟੋਨ ਤੇ ਇਲੈਕਟ੍ਰੋਨ ਵੱਖਰੇ ਕਿਹੜੇ ਹੁੰਦੇ ਨੇ ਨਿਊਟਰੋਨ ਠੀਕ ਹੈ ਜੀ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਕਿ ਕਿਸੇ ਪਰਮਾਣੂ ਦੇ ਇਲੈਕਟ੍ਰੋਨ ਕਿੱਥੇ ਸਥਿਤ ਹੁੰਦੇ ਆ ਹੁਣ ਦੇਖੋ ਅਗਰ ਆਪਾਂ ਐਟਮ ਦੀ ਗੱਲ ਕਰਦੇ ਆ ਐਟਮ ਦੇ ਵਿਚਾਲੇ ਕੀ ਹੁੰਦਾ ਨਿਊਕਲੀਅਸ ਤੇ ਸਾਈਡਾਂ ਤੇ ਕੀ ਹੁੰਦੇ ਇੱਥੇ ਇਲੈਕਟ੍ਰੋਨਸ ਤਾਂ ਇਲੈਕਟ੍ਰੋਨ ਨੇ ਜਿਹੜੇ ਆਲੇ-ਦਾਲੇ ਰਿਵੋਲਵ ਕਰਦੇ ਆ ਔਰਬਿਟ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਆ ਕਿ ਨਾਭਿਕ ਨਾਭਿਕ ਕਹਿੰਦੇ ਨੇ ਇਹ ਨਿਊਕਲੀਅਸ ਨੂੰ ਨਾਭਿਕ ਦੇ ਜਿਹੜੇ ਬਾਹਰ ਵਾਲਾ ਹਿੱਸਾ ਹੈਗਾ ਉੱਥੇ ਕੀ ਹੁੰਦੇ ਨੇ ਆਪਣੇ ਕੋਲੇ ਇਲੈਕਟ੍ਰੋਨ ਹੁੰਦੇ ਆ ਤਾਂ ਇਹਦਾ ਰਾਈਟ ਆਨਸਰ ਕੀ ਹੋਣਾ ਸੀ ਆਪਣੇ ਕੋਲ অপਸ਼ਨ ਨੰਬਰ 2 ਨਾਭਿਕ ਦੇ ਬਾਹਰ ਵਾਲੇ ਹਿੱਸੇ ਵਿੱਚ ਨੈਕਸਟ ਆ ਗਿਆ ਕੁਐਸਚਨ ਨੰਬਰ 12 ਕਿ α ਕਿਰਨਾਂ ਦੇ ਤੱਤ ਬਣੇ ਹੁੰਦੇ ਹਨ ਹੁਣ ਦੇਖੋ α ਕਿਰਨਾਂ ਨਾਲ ਐਕਸਪੈਰੀਮੈਂਟ ਕਿਨੇ ਕੀਤਾ ਸੀ ਰਦਰਫੋਰਡ ਨੇ ਕੀਤਾ ਸੀ ਕਿਸ ਚੀਜ਼ ਦੇ ਵਾਸਤੇ ਨਿਊਕਲੀਅਸ ਦੇ ਵਾਸਤੇ ਠੀਕ ਹੈ ਤਾਂ α ਪਾਰਟੀਕਲ ਕੀ ਹੁੰਦੇ ਨੇ ਆਪਣੇ ਕੋਲੇ ਹੀਲੀਅਮ ਹੀਲੀਅਮ ਦੇ ਆਈਸੋਟੋਪ ਹੁੰਦੇ ਆ ਹੀਲੀਅਮ 4 2 ਤੇ ਇਹ ਯਾਦ ਰੱਖਣਾ ਇਹ ਕਿਹਦਾ ਰੈਜ਼ੈਂਬਲ ਹੈ α ਪਾਰਟੀਕਲ ਦਾ ਠੀਕ ਹੈ ਤਾਂ ਆਪਸ਼ਨ ਕੀ ਹੋਣਾ ਸੀ ਆਪਸ਼ਨ ਨੰਬਰ ਸੀ ਹੀਲੀਅਮ nucleus next again question number 13 ke anode kirna hun aap piche pad ke aaye ha ke kya thod kirna jee jee thomson ne dassya si jinna ne ki hai electron di khoj kiti hai ta protein di proton di kine kiti si gold stine ne theek hai ta fir anode kinna di bhi ki ho gaya gold stine next again question number 14 ਕੇ ਪੰਜਵੇਂ ਸ਼ੈਲ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਇਲੈਕਟ੍ਰੋਨਾਂ ਦੀ ਸੰਖਿਆ ਹੋ ਸਕਦੀ ਹੈ ਤਾਂ ਦੇਖੋ ਇਹਦੇ ਲਈ ਇੱਕ ਆਪਾਂ ਫਾਰਮੂਲਾ ਯੂਜ਼ ਕਰਦੇ ਹੁੰਦੇ ਆ ਫਾਰਮੂਲਾ ਕੀ ਹੁੰਦਾ 2 n ਸਕੁਅਰ ਠੀਕ ਹੈ ਤਾਂ n ਕੀ ਹੁੰਦਾ ਨੰਬਰ ਆਫ ਸ਼ੈਲ ਕਿ ਕਿਹੜੇ ਸ਼ੈਲ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਆਪਣੇ ਕੋਲ ਕੀ ਹੋ ਗਿਆ 2 5 ਸਕੁਅਰ 2 ਮਲਟੀਪਲਾਈ 5 ਦੀ ਪਾਵਰ 2 ਕਿੰਨਾ ਹੋ ਗਿਆ 25 ਤਾਂ 25 2 50 ਜਿਆਦਾ ਤੋਂ ਜਿਆਦਾ ਕਿੰਨੇ ਇਲੈਕਟ੍ਰੋਨ ਹੋ ਸਕਦੇ ਆ 50 ਹੋ ਸਕਦੇ ਆ ਵੈਸੇ ਆਪਾਂ ਕਦੇ ਵੀ 32 ਤੋਂ ਜ਼ਿਆਦਾ ਨਹੀਂ ਭਰਦੇ ਬਲਕਿ 18 ਤੋਂ ਜ਼ਿਆਦਾ ਹੀ ਨਹੀਂ ਆਪਾਂ ਭਰਦੇ ਠੀਕ ਹੈ ਬਟ ਇਹਨਾਂ ਨੇ ਮੈਕਸਿਮਮ ਪੁੱਛਿਆ ਸੀ ਇਸ ਕਰਕੇ ਆਪਾਂ ਕਹਾਂਗੇ ਕਿੰਨੇ ਹੋ ਸਕਦੇ ਆ 50 ਹੋ ਸਕਦੇ ਆ ਨੈਕਸਟ ਹੈਗਾ ਕੁਐਸਚਨ ਨੰਬਰ 15 ਇਸ ਕੁਐਸਚਨ ਦੇ ਵਿੱਚ ਕਾਫੀ ਜ਼ਿਆਦੇ ਬੱਚੇ ਕਨਫਿਊਜ਼ ਹੋਏ ਕਈਆਂ ਨੂੰ ਲੱਗਿਆ ਕਿ ਥਾਮਸ ਥਾਮਸਨ ਆ ਜਿਹੜਾ ਦਾ ਆਨਸਰ ਆਊਗਾ ਬਟ ਕੀ ਆ ਥਾਮਸਨ ਨੇ ਇਲੈਕਟ੍ਰੋਨ ਦੀ ਖੋਜ ਕੀਤੀ ਸੀ ਤੇ ਇੱਥੇ ਇਹਨਾਂ ਨੇ ਪੁੱਛਿਆ ਆਪਾਂ ਨੂੰ E/M ਰੇਸ਼ੋ ਚਾਰਜ बटे ਮਾਸ ਰੇਸ਼ੋ ਚਾਰਜ ਅਪੌਨ ਮਾਸ ਦੀ ਜਿਹੜੀ ਰੇਸ਼ੋ ਹੈ ਇਹਦੇ ਬਾਰੇ ਕਿਹਨੇ ਦੱਸਿਆ ਸੀ ਆਪਾਂ ਨੂੰ ਕਿ ਚਾਰਜ बटे ਮਾਸ ਦੀ ਰੇਸ਼ੋ ਹੈ ਜਿਹੜੀ ਹਰੇਕ ਐਲੀਮੈਂਟ ਦੇ ਵਿੱਚ ਸੇਮ ਰਹਿੰਦੀ ਆ ਕਨਸਟੈਂਟ ਹੁੰਦੀ ਆ ਇਹ ਕਿਹਨੇ ਦੱਸਿਆ ਸੀ ਆਪਾਂ ਨੂੰ ਮੂਲਿਕਨ ਨੇ ਦੱਸਿਆ ਸੀ ਠੀਕ ਹੈ ਮੂਲਿਕਨ ਨੇ ਦੱਸਿਆ ਸੀ ਆਪਾਂ ਨੂੰ ਦੇਖੋ ਜਿਹੜਾ ਬੋਹਰ ਹੈ ਉਹਨੇ ਕੀ ਕਿਹਾ ਸੀ ਕਿ ਇਲੈਕਟ੍ਰੋਨ ਕੀ ਆਗਾ ਤਰਬੂਜ਼ ਦੀ ਤਰ੍ਹਾਂ ਵਿੱਚ ਫਿੱਟ ਕੀਤੇ ਹੁੰਦੇ ਆ ਜਿਸ ਤਰ੍ਹਾਂ ਤੇ ਤਰਬੂਜ ਦੇ ਬੀਜ ਹੁੰਦੇ ਆ ਜਿਹੜਾ ਰੈੱਡ ਪਾਰਟ ਹੁੰਦਾ ਗੁੱਦਾ ਜਾਂ ਹੁੰਦਾ ਉਹ ਕਿਹਿੰਦਾ ਪੋਜ਼ਿਟਿਵ ਚਾਰਜ ਹੁੰਦਾ ਥੌਮਸਨ ਨੇ ਕੀ ਕੀਤਾ ਸੀ ਇਲੈਕਟ੍ਰੋਨ ਦੀ ਖੋਜ ਕੀਤੀ ਸੀ ਰਦਰਫੋਰਡ ਨੇ ਕਿਹਦੀ ਖੋਜ ਕੀਤੀ ਸੀ ਨਿਊਕਲੀਅਸ ਦੀ ਤਾਂ ਆਪਣੇ ਕੋਲ ਆਪਸ਼ਨ ਕੀ ਬਚਿਆ ਸੀਗਾ ਮੋਲੀਕਲ ਠੀਕ ਹੈ ਇਸ ਤਰ੍ਹਾਂ ਆਪਸ਼ਨ ਕੱਟ ਕਰਕੇ ਵੀ ਤੁਸੀਂ ਆਨਸਰ ਜਿਹੜਾ ਕਰ ਸਕਦੇ ਸੀ ਨੈਕਸਟ ਹੈਗਾ ਆਪਣੇ ਕੋਲ ਕੁਐਸਚਨ ਨੰਬਰ 16 ਕਿ ਐਮ ਸ਼ੈਲ ਦੇ ਵਿੱਚ ਜਿਆਦਾ ਤੋਂ ਜਿਆਦਾ ਕਿੰਨੇ ਇਲੈਕਟ੍ਰੋਨ ਭਰੇ ਜਾ ਸਕਦੇ ਹਨ ਦੇਖੋ ਆਪਾਂ ਸ਼ੈਲ ਨੇ ਜਿਹੜੇ ਕਾਊਂਟਿੰਗ ਕਿੱਥੋਂ ਸ਼ੁਰੂ ਕਰਦੇ ਆ ਕਿ ਤੋਂ ਕੇ ਕੇ ਐਲ ਐਮ ਠੀਕ ਹੈ ਕੇ ਐਲ ਐਮ ਤਾਂ ਆਪਣੇ ਕੋਲੇ ਕੇ ਤੋਂ ਸ਼ੁਰੂ ਕਰਦੇ ਆ ਕੀ ਆਣਾ ਸੀ 1 2 3 ਠੀਕ ਹੈ 1 2 3 ਆਣਾ ਸੀ ਦੈਨ ਆਪਣੇ ਕੋਲੇ ਕੀ ਆ ਕਿ ਆਪਾਂ ਫਾਰਮੂਲਾ ਕਿਹੜਾ ਯੂਜ਼ ਕਰਾਂਗੇ 2 n ਸਕੁਅਰ ਤਾਂ 2 n ਆਪਣੇ ਕੋਲੇ ਕਿੰਨਾ m ਕਿੰਨਾ ਮਸ਼ਾਲਾ 3rd ਤਾਂ 3 ਦੀ ਸਕੁਅਰ 3 ਸਕੁਅਰ ਕਿੰਨਾ ਹੁੰਦਾ 9 ਤਾਂ ਆਪਣੇ ਕੋਲੇ ਆਨਸਰ ਕੀ ਹੋਣਾ ਸੀ 18 ਟੈਸਟ ਦੇ ਵਿੱਚ ਆਪਾਂ ਤੋਂ ਗਲਤ ਆਨਸਰ ਟਿਕ ਹੋ ਗਿਆ ਸੀ 32 ਇਹਦਾ ਰਾਈਟ ਆਨਸਰ ਕੀ ਹੋਣਾ ਸੀ 18 ਆਨਸਰ ਆਉਣਾ ਸੀ ਠੀਕ ਹੈ ਜੀ ਕਨਸੈਪਟ ਵਾਈਜ਼ ਤੁਸੀਂ ਦੇਖ ਸਕਦੇ ਹੋ ਨੈਕਸਟ ਹੈਗਾ ਕੁਐਸਚਨ ਨੰਬਰ 17 ਇਹ ਤੁਹਾਡੇ ਯਾਦ ਹੀ ਹੋਣਾ ਚਾਹੀਦਾ ਕਿ ਐਲੂਮੀਨੀਅਮ ਆਕਸਾਈਡ ਆ ਜਿਹੜਾ ਇਹਦਾ ਫਾਰਮੂਲਾ ਕੀ ਹੁੰਦਾ ਹੈ ਇਹ ਹੁੰਦਾ ਆਪਣੇ ਕੋਲੇ Al L2O3 ਤਾਂ অপশন নাম্বার 4 ਕੀ ਸੀ রাইਟ অপশন ਨੈਕਸਟ ਆ ਗਏ ਕੁਐਸਚਨ ਨੰਬਰ 18 18 ਦੇ ਵਿੱਚ ਕੀ ਕਿਹਾ ਗਿਆ ਸੀ ਕਿ ਹੀਲੀਅਮ ਦੇ 52 ਗ੍ਰਾਮ ਵਿੱਚ ਮੋਲ ਦੀ ਸੰਖਿਆ ਹੈ ਆਪਾਂ ਨੂੰ ਪਤਾ ਹੈ ਕਿ ਹੀਲੀਅਮ ਦੇ ਇੱਕ ਮੋਲ ਕਿੰਨੇ ਗ੍ਰਾਮ ਹੁੰਦੇ ਨੇ 4 ਗ੍ਰਾਮ ਠੀਕ ਹੈ ਤਾਂ ਆਪਾਂ ਕਹਿ ਸਕਦੇ ਸੀ ਮੈਥਮੈਟਿਕਲ ਜਿਹੜਾ ਫਾਰਮੂਲਾ ਆਪਾਂ ਅਪਲਾਈ ਕਰ ਸਕਦੇ ਸੀ ਕਿ 4 ਗ੍ਰਾਮ ਦੇ ਵਿੱਚ ਕਿੰਨੇ ਮੋਲ ਹੁੰਦੇ ਆ 1 ਮੋਲ ਹੁੰਦਾ ਠੀਕ ਹੈ ਤਾਂ 1 ਗ੍ਰਾਮ ਦੇ ਵਿੱਚ ਕਿੰਨੇ ਹੋਣਗੇ 1/4 ਤੇ ਇਹਨਾਂ ਨੇ ਪੁੱਛਿਆ ਆਪਾਂ ਨੂੰ 52 ਗ੍ਰਾਮ ਦੇ ਵਿੱਚ ਤਾਂ ਆਪਾਂ ਕੀ ਕਹਿਣਾ ਸੀ 1/4 52 ਤਾਂ ਕਟਿੰਗ ਕਰਕੇ ਆਪਣੇ ਕੋਲੇ ਕੀ ਹੋਣਾ ਸੀ 13 13 ਮੋਲ ਕੀ ਸੀ ਆਪਣਾ கரੈਕਟ ਆਨਸਰ ਸੀਗਾ অপਸ਼ਨ ਨੰਬਰ ਬੀ ਕੀ ਸੀ கரੈਕਟ অপਸ਼ਨ ਨੈਕਸਟ ਕੁਸ਼ਚਨ ਹੈਗਾ ਕੁਸ਼ਚਨ ਨੰਬਰ 19 कि ओ टू नैगेटिव इस क्वेश्चन भी बच्चे बहुत कन्फ्यूज होए ओ टू नैगेटिव ठीक है ये अपने दसना सोंड की बन रहे है? अपने को बोंड ऑर्डर की है तो देखो आप पता है ऑक्सीजन किन्ने इलैक्ट्रॉन होंगे सिक्सटीन ठीक है तो एक माइनस किया कि रह गए फिफ्टीन ठीक है तो एंटी बॉन्डिंग ठीक है आप ऑर्डर किमें कड़े होंगे बोंडिंग इलेक्ट्रॉन माइनस anti bonding divide by 2 ਕਰਕੇ ਬਟ ਹੁਣ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਬੌਂਡਿੰਗ ਦੇ ਵਿੱਚ ਨੇ ਕਿੰਨੇ ਐਂਟੀ ਬੌਂਡਿੰਗ ਦੇ ਵਿੱਚ ਨੇ ਤਾਂ ਇੱਥੇ ਆਪਾਂ ਨੂੰ ਕਨਫਿਗਰੇਸ਼ਨ ਪਤਾ ਹੋਣੀ ਚਾਹੀਦੀ ਸੀ ਕਨਫਿਗਰੇਸ਼ਨ ਕੀ ਹੁੰਦੀ ਹੈ 1s2 ਠੀਕ ਹੈ 1s2 ਸਟਾਰ ਤਾਂ ਸਟਾਰ ਵਾਲਾ ਕੀ ਹੈ ਐਂਟੀ ਬੌਂਡਿੰਗ ਦਾ ਆਪਣੇ ਕੋਲ ਠੀਕ ਹੈ ਫਿਰ ਇਸੇ ਤਰ੍ਹਾਂ ਨਾਲ 2s2 2s2 ਸਟਾਰ ਠੀਕ ਹੈ ਫਿਰ ਆਪਣੇ ਕੋਲ ਆਉਣਾ ਸੀ 2 p 6 ਫਿਰ ਉਹਨਾਂ ਸੀ 2p ਸਟਾਰ ਦੇ ਵਿੱਚ ਕਿੰਨਾ ਰਹੇਗਾ ਸੀ ਓਨਲੀ 1 ਠੀਕ ਹੈ ਤਾਂ ਸਟਾਰ ਵਾਲੇ ਐਂਟੀ ਬੌਂਡਿੰਗ ਨੇ ਤੇ ਬਿਨਾ ਸਟਾਰ ਵਾਲੇ ਕਿਹਨੇ ਬੌਂਡਿੰਗ ਨੇ ਹੁਣ ਦੇਖੋ ਪਹਿਲਾਂ ਆਪਾਂ ਬੌਂਡਿੰਗ ਵਾਲੇ ਦੇਖਦੇ ਹਾਂ ਕਿੰਨੇ ਨੇ 2 4 4 ਤੇ 6 ਕਿੰਨੇ ਹੋਗੇ 10 ਤਾਂ ਆਪਣੇ ਕੋਲੇ 10 ਹੋਗੇ ਮਾਈਨਸ ਐਂਟੀ ਬੌਂਡਿੰਗ ਵਾਲੇ 2 4 ਤੱਕ 5 ਕਿੰਨਾ ਬਣ ਗਿਆ 5 ਤਾਂ ਆਪਣੇ ਕੋਲੇ ਕੀ ਆ ਗਿਆ 10 5 2 ਤਾਂ ਕਿੰਨਾ ਆ ਗਿਆ 5 2 ਕੱਟ ਕੇ ਕਿੰਨਾ ਹੋਊਗਾ 2.5 ਤਾਂ ਆਪਣੇ ਕੋਲੇ ਬੌਂਡ ਆਰਡਰ ਕਿੰਨਾ ਸੀ 2.5 ਠੀਕ ਹੈ ਜੀ ਨੈਕਸਟ ਆ ਗਿਆ ਕੁਐਸਚਨ ਨੰਬਰ 20 20 ਵੀ ਬਿਲਕੁਲ ਈਜ਼ੀ ਸੀ ਟੈਸਟ ਦੇ ਵਿੱਚ ਇਹਦਾ ਆਨਸਰ ਆ ਜਿਹੜਾ ਗਲਤ ਟਿਕ ਹੋ ਗਿਆ ਸੀ ਪਰ ਜਿਨ੍ਹਾਂ ਨੂੰ ਕਨਸੈਪਟ ਆਉਂਦਾ ਸੀ ਉਹਨਾਂ ਨੂੰ ਪਤਾ ਸੀ ਕਿ ਆਨਸਰ ਕੀ ਆਊਗਾ ਇਹਨਾਂ ਨੇ ਕਿਹਾ 12 ਗ੍ਰਾਮ ਆਕਸੀਜਨ ਗੈਸ ਵਿੱਚ ਮੌਜੂਦ ਅਣੂਆਂ ਦੇ ਮੋਲ ਦੀ ਗਿਣਤੀ ਕਿੰਨੀ ਹੋਵੇਗੀ ਤਾਂ ਆਪਾਂ ਨੂੰ ਪਤਾ ਹੈ O2 ਦੇ ਵਿੱਚ ਆਪਾਂ ਕਿੰਨਾ ਲੈਨੇ ਆ 32 ਗ੍ਰਾਮ ਠੀਕ ਹੈ ਤਾਂ ਆਪਾਂ ਸੇਮ ਕਨਸੈਪਟ ਕਰਿਆ ਹੈ ਉੱਪਰ 32 ਗ੍ਰਾਮ ਦੇ ਵਿੱਚ 1 ਮੋਲ 1 ਦੇ ਵਿੱਚ 1/32 ਪੁੱਛਿਆ ਕਿੰਨੇ ਚ ਹੈ 12 ਦੇ ਵਿੱਚ ਤਾਂ ਮਲਟੀਪਲਾਈ ਕਰਤਾ 12 ਦੇ ਨਾਲ ਕਟਿੰਗ ਹੋ ਗਈ 3 ਦੇ ਟੇਬਲ ਤੇ ਫੋਰਥ ਟੇਬਲ ਤੇ ਕਟਿੰਗ ਕਰਤੀ ਕਿੰਨਾ ਆ ਗਿਆ 3/8 ਤਾਂ 3/8 ਨੂੰ ਜਦੋਂ ਸੋਲਵ ਕਰਾਂਗੇ ਆਨਸਰ ਆਪਣੇ ਕੋਲੇ ਕੀ ਹੋਊਗਾ 0.375 ਤਾਂ অপਸ਼ਨ ਨੰਬਰ ਸੀ ਕੀ ਹੋਣਾ ਸੀ கரੈਕਟ অপਸ਼ਨ ਤਾਂ ਟੈਸਟ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਈਜ਼ੀ ਕਨਸੈਪਟ ਵਾਈਜ਼ ਟੈਸਟ ਸੀਗਾ ਜਿੰਨਾ ਵੀ ਬੱਚਿਆਂ ਨੇ ਟੈਸਟ ਦਿੱਤਾ ਹੈ ਉਹਨਾਂ ਨੂੰ ਪਤਾ ਚੱਲ ਰਿਹਾ ਕਿ ਉਹਨਾਂ ਦੀ ਕਿੰਨੀ ਕੁ ਤਿਆਰੀ ਹੈ ਜਿਹੜੀ ਹੋ ਚੁੱਕੀ ਹੈ ਤੇ ਕਿਹੜਾ ਟੌਪਿਕ ਹੈ ਜਿਹੜਾ ਅਜੇ ਵੀਕ ਚੱਲ ਰਿਹਾ ਤੇ ਜਿੰਨਾ ਨੂੰ ਰਿਵਾਈਜ਼ ਕਰਨ ਦੀ ਜ਼ਰੂਰਤ ਹੈ ਅਗਰ ਤੁਸੀਂ ਵੀ ਟੈਸਟ ਦੇਣਾ ਚਾਹੁੰਦੇ ਹੋ ਤਾਂ ਹਮੇਸ਼ਾ ਟੈਸਟ ਇਸ ਵੀਡੀਓ ਤੋਂ ਪਹਿਲਾਂ ਟੈਲੀਗ੍ਰam ਗਰੁੱਪ ਦੇ ਵਿੱਚ ਪਾਇਆ ਜਾਂਦਾ ਜਿੱਥੇ ਬੱਚੇ ਟੈਸਟ ਅਟੈਂਪਟ ਕਰਦੇ ਆ ਆਪਣੀ ਪਰਫਾਰਮੈਂਸ ਦੇਖਦੇ ਆ ਦੈਨ ਜਿਹੜਾ ਟੈਸਟ ਆ YouTube ਉੱਪਰ ਡਿਸਕਸ ਕੀਤਾ ਜਾਂਦਾ ਹੈ ਅਗਰ ਤੁਸੀਂ ਵੀ ਟੈਸਟ ਦੇਣਾ ਚਾਹੁੰਦੇ ਹੋ ਤਾਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਜਿਸ ਦਾ ਕਿ ਲਿੰਕ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਤੁਹਾਨੂੰ ਟੈਸਟ ਕਿਵੇਂ ਲੱਗਿਆ ਤੁਹਾਡੇ ਕਿੰਨੇ ਨੰਬਰ ਬਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਅਗਰ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਤਾਂ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ